ਹਾਂਜੀ ਵੈਲਕਮ ਜੀ ਸਤੰਬਰ 17 ਦੇ ਮਾਰਕੀਟ ਪ੍ਰੀਵਿਊ ਦੇ ਵਿੱਚ ਤੇ ਗੱਲਬਾਤ ਕਰਦੇ ਹਾਂ ਕਿ ਨੈਕਸਟ ਵੀਕ ਮਾਰਕੀਟ ਦੇ ਵਿੱਚ ਕੀ ਹੋਣ ਵਾਲਾ ਆ। ਸੋ ਆਵੋ ਮੇਕ ਸ਼ੋਰ ਕਿ ਜਦੋਂ ਆਪਣਾ ਲਾਈਵ ਐਂਡ ਹੋਣਾ ਆ ਉਦੋਂ ਤੱਕ ਤੁਸੀਂ ਰੈਡੀ ਹੋ ਕਿ ਨੈਕਸਟ ਵੀਕ ਆਪਾਂ ਮਾਰਕੀਟ ਦੇ ਵਿੱਚ ਕਿੱਦਾਂ ਟਰੇਡ ਕਰਨਾ ਆ ਤੇ ਜਿਹੜੇ ਸਾਰੇ ਤੁਹਾਡੇ ਕੁਐਸਚਨ ਆ ਉਹ ਆਨਸਰ ਹੋਣਗੇ ਤੇ ਤੁਹਾਨੂੰ ਕਲੈਰਿਟੀ ਹੋਊਗੀ ਕਿ ਮਾਰਕੀਟ ਦੇ ਵਿੱਚ ਕੀ ਹੋਣ ਜਾ ਰਿਹਾ, ਕਿਹੜੇ ਈਵੈਂਟ ਆ ਰਹੇ ਨੇ ਤੇ ਕਿਹੜੇ ਸਟਾਕਸ ਨੇ ਵੱਖ-ਵੱਖ ਜਿਨ੍ਹਾਂ ਨੂੰ ਆਪਾਂ ਟਰੇਡ ਕਰ ਸਕਦੇ ਹਾਂ, ਜਿਨ੍ਹਾਂ ਦੇ ਵਿੱਚ ਓਪਰਚੁਨਿਟੀਜ਼ ਹੈਗੀਆਂ ਨੇ ਤੇ ਕਿਹੜੇ ਲੈਵਲ ਤੋਂ ਉਹਨਾਂ ਨੂੰ ਟਰੇਡ ਕਰਨਾ। ਸੋ ਬਾਕੀ ਜਿਨੇ ਵੀਡੀਓ ਨੂੰ ਲਾਈਵ ਨਹੀਂ ਕੀਤਾ, ਲਾਈਕ ਨਹੀਂ ਕੀਤਾ ਅਜੇ ਤੱਕ ਕਰ ਦਿਓ ਤੇ ਜਿਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਉਹ ਕਰ ਦਿਓ ਮਾੜਾ ਜਿਹਾ। ਤੇ ਗੱਲਬਾਤ ਕਰਦੇ ਹਾਂ ਥੋੜੀ ਜੀ ਲਾਸਟ ਵੀਕ ਦੇ ਵਿੱਚ ਕੀ ਹੋਇਆ ਸਭ ਤੋਂ ਪਹਿਲਾਂ। ਸੋ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਨੈਕਸਟ ਵੀਕ ਜਿਹੜਾ ਉਹ ਆਪਣਾ ਲਰਨਿੰਗ ਵੀਕ ਹੋਊਗਾ। ਸੋ ਉਹਦੇ ਵਿੱਚ ਜਿਨ੍ਹਾਂ ਨੇ ਆਪਣੇ ਲਾਈਵ ਟ੍ਰੇਡਿੰਗ ਦਾ ਸਬਸਕ੍ਰਾਈਬ ਕੀਤਾ ਵਾ, ਸੋ ਐਵਰੀਡੇ ਆਈ ਹੈਵ ਪ੍ਰਪੇਅਰਡ ਮਾਈ ਟੌਪਿਕਸ ਜਿਨ੍ਹਾਂ 'ਤੇ ਆਪਾਂ ਗੱਲ ਕਰਨੀ ਆ ਤੇ ਉਹ ਟੌਪਿਕ ਐਵਰੀਡੇ ਇੱਕ ਟੱਚ ਕਰਾਂਗੇ, ਚਾਹੇ ਉਹ ਮਾਰਕੀਟ ਦੇ ਏਰੀਆ, ਤੁਸੀਂ ਚਾਰਟ ਤੋਂ ਕਿੱਥੋਂ ਟ੍ਰੇਡ ਲੈਣੀ ਆ, ਟਰੈਂਡ ਲਾਈਨ ਕੀ ਆ, ਆਪਸ਼ਨਾਂ ਕਿੱਦਾਂ ਵਰਕ ਕਰਦੀਆਂ, ਆਪਸ਼ਨਾਂ ਦੇ ਵਿੱਚ ਕਿਹੜੀਆਂ ਗਲਤੀਆਂ ਆਪਾਂ ਕਰਦੇ ਹਾਂ, ਸੋ ਮਾਰਕੀਟ ਦੇ ਵਿੱਚ ਸਾਈਕੋਲੋਜੀ ਕਿੱਦਾਂ ਕੰਮ ਕਰਦੀ ਆ। ਸੋ ਉਹਨਾਂ ਸਾਰੇ ਟੌਪਿਕਾਂ 'ਤੇ ਆਪਾਂ ਵਨ ਬਾਏ ਵਨ ਅਗਲੇ ਜਿਹੜੇ ਆ ਕੱਲ੍ਹ ਤੋਂ ਸਟਾਰਟ ਹੋਣਾ ਤੇ ਅਗਲੇ 5 ਦਿਨ ਗੱਲਬਾਤ ਕਰਨੀ ਆ। ਸੋ ਇਹਦੇ ਲਈ ਜਿਹੜੇ ਕਿਸੇ ਨੇ ਲਾਈਵ ਆਪਣਾ ਸਬਸਕ੍ਰਾਈਬ ਕਰਨਾ ਤਾਂ ਉਹ ਕਰ ਸਕਦਾ। ਉਹਦਾ ਡਿਸਕਾਊਂਟ ਕੋਡ ਵੀ ਹੈਗਾ, ਤੁਹਾਨੂੰ ਮੈਂ ਪ੍ਰੈਜੈਂਟੇਸ਼ਨ ਦੇ ਐਂਡ 'ਤੇ ਦੱਸੂੰਗਾ, ਤੁਸੀਂ ਯੂਜ਼ ਕਰ ਸਕਦੇ ਹੋ, ਜਿਹੜਾ ਕਿ ਅੱਜ ਰਾਤ ਦੇ ਲਈ ਵੈਲਿਡ ਆ। ਸੋ ਇਹ ਬੈਨੀਫਿਟ ਲੈ ਸਕਦੇ ਆ ਜੇ ਤੁਸੀਂ ਥੋੜ੍ਹਾ ਜਿਹਾ ਲਰਨਿੰਗ 'ਤੇ ਫੋਕਸ ਕਰਨਾ ਚਾਹੁੰਦੇ ਹੋ ਕਿ ਲਰਨ ਕੀਤਾ ਜਾਵੇ ਤਾਂ। ਸੋ ਬਾਕੀ ਜੇ ਕੋਈ ਤੁਹਾਡਾ ਲਾਈਵ ਚੱਲਦੇ ਆ ਕੁਐਸਚਨ ਹੈਗਾ ਤਾਂ ਮੇਕ ਸ਼ੋਰ ਕਿ ਤੁਸੀਂ ਪਹਿਲਾਂ ਪੁੱਛ ਲਿਓ, ਇਹ ਨਾ ਹੋਵੇ ਕਿ ਉੱਧਰੋਂ ਮੈਂ ਲਾਈਵ ਐਂਡ ਕਰਨਾ ਹੋਵੇ ਤਾਂ ਤੁਸੀਂ ਕੁਐਸਚਨ ਸੈਂਡ ਕਰੋ, ਫਿਰ ਕਈ ਵਾਰੀ ਆਨਸਰ ਨਹੀਂ ਹੁੰਦਾ, ਟੂ ਲੇਟ ਹੋ ਜਾਂਦਾ ਆ। ਸੋ ਇੰਨੀ ਕੁ ਰਿਕੁਐਸਟ ਆ ਕਿ ਜੇ ਕੋਈ ਕੁਐਸਚਨ ਹੈਗਾ ਤਾਂ ਕਿ ਮੈਂ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਆਨਸਰ ਕਰ ਸਕਾਂ ਤੇ ਹੁਣੇ ਟਾਈਪ ਕਰਕੇ ਛੱਡ ਦਿਓ, ਫਿਰ ਜਦੋਂ ਮੈਂ ਕੁਐਸਚਨ ਦੇਖਣੇ ਉਦੋਂ ਮੈਂ ਤੁਹਾਡਾ ਕੁਐਸਚਨ ਆਨਸਰ ਕਰ ਦੂੰਗਾ। ਸੋ ਗੱਲ ਕਰਦੇ ਹਾਂ ਲਾਸਟ ਵੀਕ ਦੇ ਵਿੱਚ ਮਾਰਕੀਟ ਦੇ ਵਿੱਚ ਕੀ ਹੋਇਆ ਜੀ। ਲਾਸਟ ਵੀਕ ਵੀ ਮਾਰਕੀਟ ਦੇ ਲਈ ਕਾਫੀ ਇੰਪੋਰਟੈਂਟ ਸੀ ਤੇ ਨੈਕਸਟ ਆਉਣ ਵਾਲਾ ਵੀਕ ਵੀ ਮਾਰਕੀਟ ਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ। ਸੋ ਲਾਸਟ ਵੀਕ ਦੇ ਵਿੱਚ ਕਿਹੜਾ ਈਵੈਂਟ ਆਇਆ ਜੀ? ਹੌਟ CPI ਡਾਟਾ ਤੇ PPI ਡਾਟਾ। ਸੋ ਜਿਹੜਾ CPI ਆ ਕੰਜ਼ਿਊਮਰ ਪ੍ਰਾਈਸ ਇੰਡੈਕਸ ਡਾਟਾ ਆਇਆ ਸੀ ਉਹ ਐਕਸਪੈਕਟੇਸ਼ਨ ਨਾਲੋਂ ਵੱਧ ਆਇਆ ਤੇ ਜੇ ਤੁਸੀਂ ਲਾਸਟ ਵੀਕਐਂਡ ਦਾ ਆਪਣਾ ਪ੍ਰੀਵਿਊ ਦੇਖਿਆ ਸੀ ਤਾਂ ਇਹੀ ਆਪਾਂ ਆਸ ਲਾਈ ਸੀ ਕਿ ਚਾਂਸ ਹੈਗੇ ਨੇ ਕਿ ਜਿਹੜੀ ਇਨਫਲੇਸ਼ਨ ਆ ਉਹ ਹੌਟ ਆਊਗੀ ਥੋੜ੍ਹੀ ਜਿਹੀ ਐਕਸਪੈਕਟੇਸ਼ਨ ਤੋਂ, ਤੇ ਉਹ ਸੇਮ ਚੀਜ਼ ਹੋਈ ਆ ਤੇ ਇੱਥੇ ਤੁਸੀਂ ਟਰੈਂਡ ਬਣਦਾ ਦੇਖ ਸਕਦੇ ਹੋ। ਸੋ ਕੀ ਆ 3% ਫਿਰ 3.2% ਈਅਰ ਓਵਰ ਈਅਰ ਇਨਫਲੇਸ਼ਨ ਆਈ ਆ ਤੇ ਹੁਣ ਜਿਹੜਾ ਡਾਟਾ ਆਇਆ ਜੀ ਅਗਸਤ ਦਾ ਉਹ 3.7% ਆਇਆ। ਐਕਸਪੈਕਟੇਸ਼ਨ ਕਿੰਨੀ ਸੀ ਜੇ ਆਪਾਂ ਬਾਟਮ 'ਤੇ ਦੇਖੀਏ ਤਾਂ ਐਕਸਪੈਕਟੇਸ਼ਨ ਸੀ 3.6% ਦੀ, ਆਇਆ ਕਿੰਨਾ ਆ 3.7%। ਸੋ ਇਸ ਕਰਕੇ ਹੁਣ ਜਿਹੜਾ ਨੈਕਸਟ ਵੀਕ ਦੇ ਵਿੱਚ ਈਵੈਂਟ ਆਉਣਾ ਆ ਸੋ ਉੱਤੇ ਸਾਰਿਆਂ ਦੀ ਨਿਗਾਹ ਆ ਕਿ ਉਹਦੇ ਵਿੱਚ ਕੀ ਹੋ ਸਕਦਾ ਆ। ਸੋ ਉਹ ਜਿਹੜਾ ਈਵੈਂਟ ਆ ਰਿਹਾ ਜੀ ਉਹਦੀ ਜੇ ਆਪਾਂ ਗੱਲ ਕਰੀਏ ਅੱਗੇ ਤਾਂ ਉਹ ਆ ਰਹੀ ਹੈ ਇੰਟਰਸਟ ਰੇਟ ਹਾਈਕ। ਸੋ ਨੈਕਸਟ ਵੀਕ ਟਿਊਜ਼ਡੇ ਨੂੰ ਫੈਡ ਦੀ ਮੀਟਿੰਗ ਸਟਾਰਟ ਹੋ ਜਾਣੀ ਆ ਸਵੇਰੇ ਤੇ ਵੈਨਸਡੇ ਨੂੰ ਉਹਦਾ ਰਿਜ਼ਲਟ ਆਉਣਾ, ਜਿਸ ਦੇ ਵਿੱਚ 2 ਵਜੇ ਸ਼ਾਮ ਨੂੰ ਰਿਜ਼ਲਟ ਆਊਗਾ ਟੋਰਾਂਟੋ ਟਾਈਮ, ਨਿਊਯਾਰਕ ਟਾਈਮ, ਈਸਟਰਨ ਟਾਈਮ, ਤੇ ਉਹਦੇ ਵਿੱਚ ਇੰਟਰਸਟ ਰੇਟ ਅਨਾਊਂਸ ਕੀਤਾ ਜਾਊਗਾ। ਹੁਣ ਜੇ ਆਪਾਂ ਦੇਖੀਏ ਤਾਂ ਮਾਰਕੀਟ ਦੀ ਜਾਂ ਐਨਾਲਿਸਟ ਦੀ ਐਕਸਪੈਕਟੇਸ਼ਨ ਕੀ ਆ ਕਿ ਜਿਹੜਾ ਇੰਟਰਸਟ ਰੇਟ ਆ ਉਹ ਨਹੀਂ ਵਧਾਇਆ ਜਾਊਗਾ, ਯਾਨੀ ਕਿ ਐਕਚੁਅਲ ਦੇ ਵਿੱਚ 5.5% ਆ। ਸੋ ਉਹਨਾਂ ਹੀ ਐਕਸਪੈਕਟ ਕਰ ਰਹੇ ਆ, ਯਾਨੀ ਕਿ ਜਿਹੜੀ ਫੈਡ ਆ ਉਹਨਾਂ ਦੇ ਇਹ ਆ ਕਿ ਅੰਕਲ ਜੇਰਮ ਪੌਲ ਆਉਣਗੇ ਤੇ ਅਨਾਊਂਸ ਇਹੀ ਕਰਨਗੇ ਕਿ ਜਿਹੜਾ ਇੰਟਰਸਟ ਰੇਟ ਆ ਅਸੀਂ ਨਹੀਂ ਵਧਾ ਰਹੇ, ਸਟੈਡੀ ਰੱਖ ਰਹੇ ਹਾਂ, ਬਟ ਨਾਲ ਦੀ ਨਾਲ ਇਹ ਵਾਰਨਿੰਗ ਵੀ ਦੇ ਕੇ ਜਾਣਗੇ ਕਿ ਹਾਂ ਜਿੱਦਾਂ ਕੈਨੇਡਾ ਦੇ ਵਿੱਚ ਉਹਨਾਂ ਕਿਹਾ ਕਿ ਇੰਟਰਸਟ ਰੇਟ ਵਧਾ ਸਕਦੇ, ਇਹ ਨਹੀਂ ਕਿ ਇੱਥੇ ਪੱਕਾ ਹੀ ਪੌਜ਼ ਕਰ ਰਹੇ ਹਾਂ, ਜੇ ਲੋੜ ਪਈ ਤਾਂ ਫਿਊਚਰ ਦੇ ਵਿੱਚ ਵਧਾਵਾਂਗੇ। ਸੋ ਮਾਰਕੀਟ ਇਹ ਐਕਸਪੈਕਟ ਕਰ ਰਹੀ ਆ ਕਿ ਇੰਟਰਸਟ ਰੇਟ ਨਹੀਂ ਵਧੂਗਾ, ਬਟ ਮੈਨੂੰ ਲੱਗਦਾ ਕਿ ਸ਼ਾਇਦ ਜੇ ਆਪਾਂ ਕਹੀਏ ਕਿ 50-50% ਚਾਂਸ ਹੈਗਾ ਕਿ ਸ਼ਾਇਦ 0.25% ਇੰਟਰਸਟ ਰੇਟ ਹਾਈਕ ਆ ਜੇ, ਡਿਪੈਂਡਿੰਗ ਆਪਾਂ ਕਿ ਜਿਹੜੀ ਲਾਸਟ CPI ਡਾਟਾ ਆਇਆ PPI ਡਾਟਾ ਆਇਆ ਥੋੜ੍ਹਾ ਜਿਹਾ ਮੋਰ ਦੈਨ ਐਕਸਪੈਕਟਡ ਸੀ ਉਹਨੂੰ ਦੇਖਦੇ ਹੋਏ। ਸੋ ਇਸ ਕਰਕੇ ਨੈਕਸਟ ਵੀਕ ਵੈਨਸਡੇ ਨੂੰ ਬਹੁਤ ਧਿਆਨ ਦੇ ਨਾਲ ਰਹਿਣਾ ਜੀ। ਸੋ ਮਾਰਕੀਟ ਦੇ ਵਿੱਚ ਇਹੀ ਆ ਕਿ ਪਹਿਲੇ 2 ਦਿਨ ਟਿਊਜ਼ਡੇ ਤੇ ਮੰਡੇ ਨੂੰ ਥੋੜ੍ਹੀ ਜਿਹੀ ਮਾਰਕੀਟ ਸਲੋ ਚੱਲਣ ਦੇ ਚਾਂਸ ਹੈਗੇ ਆ। ਸੋ ਵੈਨਸਡੇ ਨੂੰ ਬਾਅਦ ਦੇ ਵਿੱਚ ਮਾਰਕੀਟ ਦੇ ਵਿੱਚ ਕੀ ਆ ਕਿ ਹਾਈਪ ਆਊਗੀ। ਟਿਊਜ਼ਡੇ ਉੱਦਾਂ ਵੀ ਟੀ ਡੇ ਆ, ਮਾਰਕੀਟ ਇੱਕ ਡਾਇਰੈਕਸ਼ਨ ਦੇ ਵਿੱਚ ਜਾ ਸਕਦੀ ਆ ਉੱਪਰ ਨੂੰ ਜਾਂ ਥੱਲੇ ਨੂੰ, ਬਟ ਵੈਨਸਡੇ ਨੂੰ ਮਾਰਕੀਟ ਦੇ ਵਿੱਚ ਰੇਟ ਹਾਈਕ ਤੋਂ ਬਾਅਦ, ਸੋ ਵੈਨਸਡੇ ਆਪਾਂ ਨੂੰ ਪਤਾ ਕਿ ਰੇਟ ਹਾਈਕ ਐਂਡ 'ਤੇ ਆਉਂਦੀ, ਉਹ ਵੀ ਇੱਦਾਂ ਹੀ ਲੰਘ ਜਾਣਾ। ਸੋ ਅਸਲ ਦਿਨ ਜਿਹੜਾ ਦਿਨ ਹੋਣਾ ਟਰੇਡ ਕਰਨ ਦਾ ਉਹ ਜਿੱਦਾਂ ਲਾਸਟ ਵੀਕ ਦੇ ਵਿੱਚ ਜੇ ਆਪਾਂ ਦੇਖੀਏ ਤਾਂ CPI ਡਾਟਾ ਆਉਣ ਤੋਂ ਬਾਅਦ ਵੈਨਸਡੇ ਥਰਸਡੇ ਫਰਾਈਡੇ ਸੀ, ਇੱਦਾਂ ਹੀ ਇਸ ਵਾਰ ਹੋਊਗਾ ਜੀ ਥਰਸਡੇ ਤੇ ਫਰਾਈਡੇ। ਬੁੱਧਵਾਰ ਨੂੰ ਹੋਰ ਵੀ ਬਹੁਤ ਈਵੈਂਟ ਆਉਣੇ ਆ ਸਟਾਕਾਂ ਦੇ, ਉਹ ਵੀ ਤੁਹਾਨੂੰ ਮੈਂ ਦੱਸਦਾ, ਉਹਨਾਂ ਦਾ ਆਪਾਂ ਮਾਰਨਿੰਗ ਦੇ ਵਿੱਚ ਬੈਨੀਫਿਟ ਲੈ ਸਕਦੇ ਹਾਂ। ਬਟ ਜਿਹੜਾ ਮੇਨ ਬੈਨੀਫਿਟ ਮਾਰਕੀਟ ਦੇ ਵਿੱਚ ਤੁਹਾਨੂੰ ਟਰੇਡ ਕਰਨਾ ਜਾਂ QQ ਤੇ SPY ਦੀਆਂ ਆਪਸ਼ਨਾਂ ਕਰਨੀਆਂ ਤਾਂ ਉਹ ਮੈਨੂੰ ਲੱਗਦਾ ਕਿ ਜ਼ਿਆਦਾ ਥਰਸਡੇ ਤੇ ਫਰਾਈਡੇ ਹੋਊਗਾ। ਸੋ ਇਸ ਲਈ ਮੰਡੇ ਟਿਊਜ਼ਡੇ ਵੈਨਸਡੇ ਥੋੜ੍ਹਾ ਜਿਹਾ स्टैप बैक करके तो बी केयरफुल ध्यान दे नाल ट्रेडिंग करनी है। कोई ज़्यादा अग्रैसिव ट्रेडिंग करने की लोड़ नहीं है, जे मार्केट स्लोली चल रही है तो फिर कोई धक्का नहीं करना। होर किहड़ी न्यूज़ आ रही जिहड़ी लास्ट वीक की काफ़ी मार्केट दे विच चल रही है बट इन्नी मेन स्ट्रीम मीडिया दे विच नहीं आ रही। आई डोंट नो वट इज़ द रीज़न या मार्केट दे विच इहदा इन्ना रौला नहीं पै रहा। वह हैगी आ कि जिहड़ा यूएस दे विच MGM या सीज़र पैलेस आ सो उन्हां दे उपर जिहड़ा आपां कह सकदे आ उन्हां नूं हैक कीता गया। सो उहदे करके की है कि जिहड़ियां साइबर सिक्योरिटी वाली कंपनियां उन्हां दे स्टॉक की थोड़ी जी डिमांड वध सकदी है, आपां नूं उन्हां विच थोड़ा जिहा पंप होण नूं मिलदा दिख सकदा डिपेंडिंग अपॉन कि MGM या CZR जिहड़े स्टॉक आ इन्हां ने जां इन्हां कंपनियां ने किन्ने क पैसे दित्ते आ जिन्हां ने जिन्ना आपां कह दईए कि हैकरस ने इन्हां नूं हैक कीता है। सो जे मिलियनस दे विच आ ते हुणे ते मिलियन दे विच ही आ बट किन्ने मिलियनस आ उत्तों डिपेंड करदा कि हाँ बाकी कंपनियां भी भजणगीआं कि हाँ जी थोड़ा जिहा साइबर सिक्योरिटी आ उन्हूं टाइट कीता जावे जिहड़े बाकी होटल्स आ जां जिन्हां ने नहीं उधर ध्यान दित्ता। सो इसलिए साइबर सिक्योरिटी वाले स्टॉक जिदा क्राउड स्ट्राइक आ जां होर स्टॉक भी तुसीं देख सकदे हो जिन्हां दी थोड़ी जी आउण वाले टाइम दे विच डिमांड हो सकदी आ। मैं नहीं कह रहा कि जांदे तुसीं इन्हां नूं बाय कर लेना है, आपां देखना है कि इन्हां दी डिमांड थोड़ी जी वधदी आ जां नहीं। बट दूजे पासे इह तों टोटली ऑपोजिट साइड ते जे MGM या CZR स्टॉक आ तो थोड़ा जिहा थल्ले डिगना शुरू हुंदा। तो लास्ट वीक दे विच MGM थोड़ा थल्ले डिग्गा, CZR कुछ ज़्यादा नहीं उत्थे की रहा एक अद्धा दिन थल्ले डिग्गा फिर उपर चल गया। बट जे MGM कंटीन्यूस डाउन जाता रहिंदा आ तो एक शॉर्ट करन दा जिहड़ा वा मौका हैगा नैक्सट वीक दे विच आपां देखांगे। बट नाल दी नाल जदों उन्हां ने अनाउंस कर दित्ता कि वी आर फुली ओपन तो फुली ऑपरेशनल आ बैक टू जिहड़ा कसीनो उन्हां दे सारे चलन लग गए तो उदन MGM नूं थोड़ा जिहा पंप भी मिलेगा स्टॉक नूं। सो उस न्यूज़ नूं वाच करना। कहण तो भाव कि यह स्टॉक दोवें पासे नैक्सट वीक दे विच आपां नूं ट्रेड मिल सकदी है। जे पॉजिटिव न्यूज़ आ जाती है फुली ओपन वाली है वो सारा कुछ तो फिर वो करके उपर भी जा सकते हैं जे फुली ऑपरेशनल हो गए तो। सो ये दो तीन स्टॉक आ जिन्हां नूं वाच करना नैक्सट वीक दे विच थोड़ा जिहा दोवें साइड नूं आपां देख सकते हैं। होर किहड़े ईवेंट आ रहा जी? काफ़ी इंपॉर्टेंट ईवेंट माइक्रोसॉफ्ट का आ रहा AI दे रिलेटेड वैनसडे नूं। सो उन्हां माइक्रोसॉफ्ट ऑफिस के नाल या बाकी चीज़ों के नाल AI नूं किदां थोड़ा जिहा यूज़ कर सकते हैं वो चीज़ां अनाउंस करनिया ने वैनसडे नूं। सो माइक्रोसॉफ्ट पंप कर सकदा बुधवार नूं, ट्यूसडे नूं या बुधवार नूं, दोवां दिनां दे विच। सो इसलिए जे तुहानूं लगदा कि माइक्रोसॉफ्ट एक डायरैक्शनल दे विच स्पीड बना रहा तो जरूर इहदे विच पोजीशन बना सकदे आ क्योंकि इदां दा दिन हो सकदा कि जिहदे विच माइक्रोसॉफ्ट 8-9-10 डॉलर की मूव कर जे जे आप जे थोड़ी जी इस ईवेंट की हाइप बनती है। जे नहीं बनती फिर आपां जाण दी कोई लोड़ नहीं, जे उत्थे की खड़ा है फिर आपां कोई पंगा नहीं लेना। सो पहलां तो ही मूव देखनी आ हुंदी आ नहीं। इदां ही Amazon का भी वैनसडे नूं ईवेंट हैगा जी। सो वैनसडे काफ़ी इंपॉर्टेंट आ, इंटरस्ट रेट हाइक आ रही आ, माइक्रोसॉफ्ट का ईवेंट आ, Amazon का ईवेंट आ जिहदे विच अपनियां कोई नवीं डिवाइस। सो डिवाइस का स्पैलिंग गलत आ जी इत्थे, चलो। सो बाकी सर्विस जे कोई हैगी उन्हां दी नवीं तो अनाउंस करनगे। सो उहदे विच Amazon का भी थोड़ा जिहा स्टॉक पंप हो सकदा वैनसडे नूं। सो ध्यान दे नाल अगेन आपां ये देखना कि मूव हुंदी है या नहीं। सो जे हुणी शुरू हुंदी है तो फिर ही आपां पोजीशन बनावांगे, नहीं तो आपां नूं इहदे विच जाण दी कोई लोड़ नहीं आ। आपां बाकी जिहड़े स्टॉक आ या बाकी मार्केट ओवरऑल ट्रेड करनी आ वो तो आपां कर ही रहे हैं। सो इस साइड ते स्टॉक हैगे जिन्हां नूं तुसीं कर सकदे आ जे इन्हां दे विच वो एक डायरैक्शनल मूव हुंदी जिहड़ी कि आपां मोस्टली पॉजिटिव साइड ते मैं एक्सपैक्ट कर रहा जे हुंदी आ ते। बाकी कारवाना स्टॉक ARM IPO की थोड़ी जी गल करते हैं तो SPY Amazon के स्टॉक के थोड़े जे लैवल की गल करते हैं अगे जाके की हो रहा। सो उन्होंने आप टच करा। सो ये डिस्काउंट कोड आ जी जे किसी ने लाइव ट्रेडिंग लिए सबसक्राइब करना तो आ जी वीडियो यदि डिस्क्रिप्शन हैगी वैबसाइट stocktalkforu.com उत्ते क्लिक करके तो लाइव ट्रेडिंग लिए सबसक्राइब कर सकते हैं। 10% डिस्काउंट लिए तुसीं लाइव ट्रेड 10 जिहड़ा आ ये डिस्काउंट कोड यूज़ कर सकते हैं। सो बाकी तुहाडा किसी का कोई क्वेश्चन होवे जी सो फार सत श्री अकाल जी। सत श्री अकाल सारिआं नूं जी। AI का की बनूगा? सो AI स्टॉक भी देखते हैं जी AI का की बनूगा। सो लिआओ चार्ट की गल करते हैं। सब तो पहला माइक्रोसॉफ्ट नूं जे आपां टच कर लीए तो ये वाला लैवल हैगा 345 वाला, इतों टच करके जे ड्रॉप होंदा आ तो एक पास्ट दे विच स्ट्रोंग रजिस्टेंस हैगा। आपां जे देखिए जिथों जाके तो यह ड्रॉप होया दो क वारी इत्थे जाके एक तरीके नाल डबल टॉप कह सकते हैं बट नहीं वैसे भी जे कहना तो रजिस्टेंस आ तो उत्थों ड्रॉप होया। सो आपां देखना कि 345 तो उपर जाता या नहीं। सो जे हाइप बनती है 50 डे मूविंग एवरेज नूं होल्ड करके कल नूं तो उपर जाण दे चांस इहदे हैगे ने। सो न्यू हाई बना सकदा एक जिहड़ा कि 370 वाला आ। सो AI का ईवेंट एक आ वाली कैंडल इहदी बना सकदा जी इदां दी जिहड़ी पुश आ दिस इज़ वाट आई एम एक्सपैक्टिंग कि जे 45 तो उपर रह जाता तो पुश मारदा तो इदा चक सकता 370 वाल में। सो इसलिए माइक्रोसॉफ्ट का स्टॉक ध्यान दे नाल ट्यूसडे वैनसडे। एमाजॉन के स्टॉक की गल करिए तो काफ़ी इंट्रस्टिंग मूव की है जी उन्हें। सो की है जी आह वाला एक एरिया ऑफ रजिस्टेंस हैगा सी, इनू ब्रेक किया सो 143.50 वाले नू। सो लैट्स गो टू 1 आवर जे आपां जाके देखते हैं तो उन्होंने बाद एज ए सपोर्ट भी यूज़ किया, उपर गया फिर बट इवेंचुअली की होया जे 15 मिनट के जाके देखिए तो सेम एरिए में ब्रेक करके उन्होंने इस कैंडल के एज ए रजिस्टेंस यूज़ करके थले आ गया, जाने कि 143.50 वाला एरिया काफ़ी स्ट्रोंग आ। हुण एक एरिए तो रुकया होया आ वाले ते। सो 140 ते 140 तो जो थले डिग गया तो डिगण के चांस है ने काफ़ी, बट ईवेंट हैगा आ, ईवेंट नूं जे आपां बाहर कढ़ दीए तो कल्ले चार्ट की मैं गल कर रहा, बाकी ईवेंट जिहड़ी चेंज लियाउणी आ दैट इज़ टोटली डिफरेंट। चार्ट आपां नूं यही कह रहा कि जे 140 तो थले डिग गया तो डिग सकदा, तो जो उपर जाता है तो 143.50 वाला एरिया जिहड़ा आपां एमाजॉन का देखांगे नैक्सट वीक दे विच जे आपां नूं उत्थों ट्रेड मिलदी आ। सो इत्थे आपां की है अलर्ट ला लेना 140 ते भी मैं लगा रहा कि जे इत्थे आण के कल अपन 140 तो फिर एक रीटेस्ट दे के ते मौका एंटर होने का उपर नूं मिलिया तो उहदे विच भी आपां जरूर जावांगे। उस तो बाद गल करिए जी CVN कारवाना स्टॉक की। सो ये स्टॉक है जी जो पहला काफ़ी हाईली शॉर्टेड सी इस साल के स्टार्ट के बाद थोड़ा जिहा बिजनेस उन्होंने अपना पिवट किया, पहले ऑनलाइन ज़्यादा सी फिर लोकेशन ओपन करनिया शुरू कीतियां। सो जिदा आम नॉर्मल कारां वेचण का बिजनेस हुंदा उस तरीके दे नाल आए आ। सो कह सकते हैं कि उन्होंने अपनी एक स्ट्रैटेजी चेंज की है जिदा उन्होंने बेनीफिट मिल रहा, 50 डे मूविंग एवरेज नूं होल्ड करके उपर चल गया। बट ये वाला एरिया आपां नैक्सट वीक दे विच देखना कि की है 62.50 के नेड़े तेड़े जाके ते उत्थों रिजैक्ट हुंदा ते थल्ले डिगदा। सो 62.50 तो जो रिजैक्ट होंदा आ तो आप ये ट्रेड लै सकते हैं। हाँ $10 की मूव आ, $52 पर आ। सो इसलिए जो उपर जाता उपर नूं भी ट्रेड कर सकते हैं, तो थले आ 45 वाला एरिया। सो ये दो थोड़े जे स्ट्रोंग एरिया हैगे जेडे आप CVNA दे विच नैक्सट वीक दे विच देख सकते हैं। AI का स्टॉक आ जी अगेन जिदा मैं तुहानूं पहला भी दस्सिया सी कि जे 25.50 वाले एरिए नूं ब्रेक करदा जिथों कि आ मुड़िया होया वापस, जिन्हों आप 200 डे मूविंग एवरेज तो भी कह सकते हैं कि इन्हें सपोर्ट चक्की हुई है। जे इनू ब्रेक करता 200 डे मूविंग एवरेज जो कि $26 के नेड़े तेड़े आ रही है तो आई एम स्टिल एक्सपैक्टिंग आ $20 वाली ड्रॉप। सो दिस इज़ वट आई एम वेटिंग फॉर, किते ना किते होगी मिलूगी। सो अजे मैं ट्रेड नहीं कर रहा क्योंकि ये भी स्टॉक जो मूव करना खत्म हो गया, ये मोमेंटम जोड़ा आ पिछले 1 2 3 4 5 6 दिनों तो कुछ खास मूव नहीं की। $2 की मूव आ, पहला काफ़ी वॉलीटाइल रहा स्टॉक, स्पीड के $3-4 की मूव कर जाता होंगे सी एक दिन। सो स्लो स्पीड हो गई आ, मोमेंटम नहीं हैगा, बायर नहीं हैगे, चांस है ड्रॉप होने दे, देखते हैं किदन मौका मिलता। आ 200 डे मूविंग एवरेज को ब्रेक करके थले आता तो $20 वाल ड्रॉप हो सकती है। सो थोड़ा जिहा मोमेंटम ये काफ़ी वीक हो गया, लास्ट वीक दे कोई मूवमेंट नहीं हैगी। सो इस करके इस स्टॉक में थोड़ा जिहा आपां वाच करांगे। बाकी जे गल करिए SPY दी तो ओवरऑल मार्केट की कर रही है जी। सो ओवरऑल मार्केट जे मैं ध्यान दे नाल देखां तो थोड़ा जिहा एक आपां नूं आह वाला डाउन ट्रेंड जिहा देखण नूं मिल रहा, ठीक है। सो इनू टच करके ड्रॉप सी, फिर दोबारा इत्थे टच करके ड्रॉप आ, ऑलमोस्ट वो नेड़ियों ड्रॉप आ। सो स्टिल आई एम लुकिंग एट कि 450 तो एक बारी जाए तो उन्होंने टच करके जो फिर थले डिगदा तो की आ 50 डे मूविंग एवरेज आ, कोई ज़्यादा वो रिस्पैक्ट नहीं कर रहा। हाँ थर्सडे उन्होंने होल्ड किया तो उपर गया, फ्राइडे बाद तो थ्रू होकर ट्रेड जरूर हैगी सी। अज मैं चार्ट देख रहा है किसी दे नाल सैशन करता होया, सो उतों मौका उन्हें जरूर दिता, ब्रेक करके रीटेस्ट किया आ। सो 50 डे मूविंग एवरेज तो जो आप देखिए 47.50 के नेड़े तेड़े आ रही है। सो इफ आई ड्रॉ लाइक हेयर, सो सो आ देखो, सो इतने ब्रेक करके रीटेस्ट करके सो मौका उन्हें जरूर दिता एंटर होने का थले। सो ये चीज़ आप देख सकते हैं। सो 50 डे मूविंग एवरेज को इग्नोर नहीं करना, बट एक डाउन ट्रेंड बन रहा। सो दिस इज़ वट आई एम वेटिंग फॉर टुमारो कि आ एरिए तो की करता हूँ, आ गया उत्थे, ठीक है जी। सो नेड़े आ कि उन्होंने ब्रेक करता तो नाल दी नाल काम चक लेंदा तो जां थले ड्रॉप हो के दिस इज़ द नैक्सट एरिया जिथों तक आ सकता 435 तक। सो चाहते आपां कि इत्थे रुक जे तो थोड़ा जिहा कंसोलीडेशन कर जे मार्केट कल या परसों, तो फिर वैनसडे नूं इंट्रस्ट रेट हाइक तो बाद देखते हैं किधर नूं स्पीड चकदी आ। बट आ वाला एरिया जिहड़ा 442.50 वाला आ उन्होंने मैं वाच करूँगा कल मॉर्निंग दे विच की हो रहा। सेम चीज़ QQ दे विच आ। सो मोस्टली आप QQ नूं ही ट्रेड कर रहे हैं ऑलमोस्ट 2-3 महीने तो। सो उहदे विच देखते हैं जी की चल रहा। सो ऑलमोस्ट सिमिलर जिहा एरिया आ वाला, सो नेड़े ही आ, इत्थे आण के की करदा जी। ਸੋ ਇਹਨੂੰ ਦੋਵੇਂ ਬ੍ਰੇਕ ਕਰਕੇ ਤੇ ਥੱਲੇ ਆ ਜਾਂਦੇ ਆ ਤੇ ਥੱਲੇ ਡਿੱਗਦੇ ਆ ਤੇ ਜਾਂ ਇੱਥੋਂ ਸਪੋਰਟ ਚੱਕ ਕੇ ਤੇ ਵਾਪਸ ਮੁੜਦੇ ਆ। ਇਹ ਆਪਾਂ ਜ਼ਰੂਰ ਧਿਆਨ ਦੇ ਨਾਲ ਨੈਕਸਟ ਵੀਕ ਦੇ ਵਿੱਚ ਦੇਖਣਾ ਆ। ਸੋ ਬਾਕੀ ਜੇ ਕੋਈ ਤੁਹਾਡਾ ਕਿਸੇ ਸਟਾਕ ਦੇ ਰਿਲੇਟਡ ਕੁਐਸਚਨ ਹੈਗਾ ਤਾਂ ਪੁੱਛ ਸਕਦੇ ਹੋ, ਬਟ ਮੇਨ ਇਹੀ ਆ ਕਿ ਇਹ ਵਾਲੇ ਸਾਰੇ ਸਟਾਕ ਤੁਸੀਂ ਜਿਹੜੇ ਮੈਂ ਦੱਸਿਆ ਇਹ ਵਾਚ ਕਰ ਸਕਦੇ ਆ। QQ ਸਪਾਈ ਨੂੰ ਜੇ ਟਰੇਡ ਕਰਨਾ, AI ਦੇ ਸਟਾਕ ਦਾ ਤੁਹਾਨੂੰ ਮੈਂ ਲੈਵਲ ਦੱਸਿਆ, ਕਾਰਵਾਨਾ ਦਾ ਦੱਸਿਆ, Amazon ਦਾ ਦੱਸਿਆ, ਮਾਈਕਰੋਸਾਫਟ ਦੀ ਆਪਾਂ ਗੱਲ ਕੀਤੀ ਆ, ਐਪਲ। ਹਾਂਜੀ, ਸੋ ਐਪਲ ਕਾਫੀ ਇੰਟਰਸਟਿੰਗ ਹੈ ਜੀ। ਸੋ ਐਪਲ ਦਾ ਜੇ ਆਹ ਵਾਲੇ ਏਰੀਏ ਤੋਂ ਐਪਲ ਡਰੋਪ ਹੋ ਜਾਂਦਾ, ਇਹਨੂੰ ਨਹੀਂ ਹੋਲਡ ਕਰ ਪਾਉਂਦਾ ਤਾਂ 173.50 ਵਾਲਾ ਏਰੀਆ ਆ, ਕੋਸ਼ਿਸ਼ ਕਰ ਰਿਹਾ ਹੋਲਡ ਕਰਨ ਦੀ, ਠੀਕ ਹੈ। ਪਿਛਲੇ 3 ਦਿਨ ਬੁੱਧਵਾਰ ਨੂੰ, ਵੀਰਵਾਰ ਨੂੰ, ਸ਼ੁੱਕਰਵਾਰ ਨੂੰ ਕਹਿੰਦਾ ਕਿ ਨਹੀਂ ਡਿੱਗਣਾ, ਬਟ ਜੇ ਡਿੱਗ ਗਿਆ ਤਾਂ ਥੋੜ੍ਹਾ ਜਿਹਾ ਐਪਲ ਦੇ ਵਿੱਚ ਜਿਹੜਾ ਇਹ ਆ ਕਿ ਸੈਲਰ ਆ ਉਹਨਾਂ ਦਾ ਕੌਨਫੀਡੈਂਸ ਇਨਕਰੀਜ਼ ਹੋ ਸਕਦਾ ਅਤੇ ਸਟਾਕ ਥੱਲੇ ਜਾ ਸਕਦਾ। ਹਾਂ, ਇੱਕ ਲੈਵਲ ਹੈਗਾ ਹੈ ਜਿੱਥੇ ਥੋੜ੍ਹਾ ਜਿਹਾ ਰੁਕਣ ਦੇ ਚਾਂਸ ਆ, ਸ਼ਾਇਦ ਰੁਕ ਜੇ 171.75 'ਤੇ, ਬਟ ਜੇ ਨਹੀਂ ਆ 173.50 ਤੋਂ ਹੀ ਥੱਲੇ ਡਿੱਗਦਾ ਤਾਂ ਥੋੜ੍ਹੀ ਜਿਹੀ ਹੈ ਕਿ ਐਪਲ ਦੇ ਵਿੱਚ ਗੁੱਡ ਨਿਊਜ਼ ਨਹੀਂ ਹੋਊਗੀ। ਸੋ ਫਾਰ ਜੇ ਆਪਾਂ ਦੇਖੀਏ ਤਾਂ ਐਪਲ ਦੀ ਜਿਹੜੀ ਨਿਊਜ਼ 'ਤੇ ਹੀ ਆਈ ਹੈ, ਮੈਂ ਕੱਲ੍ਹ ਆਰਟੀਕਲ ਪੜ੍ਹ ਰਿਹਾ ਸੀ ਕਿ ਉਹਨਾਂ ਨੇ ਆਪਣੀਆਂ ਜਿਹੜੀਆਂ ਡਿਲੀਵਰੀਜ਼ ਕਰਨੀਆਂ ਸੀ ਆਈਫੋਨ ਦੀਆਂ, ਪ੍ਰੀ ਆਰਡਰ ਜ਼ਿਆਦਾ ਹੋ ਗਿਆ ਤਾਂ ਕਰਕੇ ਉਹ ਡਿਲੀਵਰੀ ਡੇਟ ਚੇਂਜ ਕਰਤੀ। ਆਈ ਡੋਂਟ ਨੋ ਇਫ ਇਟਸ ਟਰੂ ਔਰ ਨਾਟ। ਸੋ ਕਹਿਣ ਦਾ ਭਾਵ ਕਿ ਪ੍ਰੀ ਆਰਡਰ ਆ ਰਹੇ ਆ ਨਵੇਂ ਆਈਫੋਨ ਦੇ, ਕੋਈ ਨਾ ਖਾਸ ਨਵਾਂ ਉਹਦੇ ਵਿੱਚ ਹੈ ਨਹੀਂ, ਬਟ ਸਟਿਲ ਇਟ ਇਜ਼ ਡੂਇੰਗ ਆਈ ਥਿੰਕ ਓਕੇ ਜਾਂ ਗੁੱਡ ਕਹਿ ਸਕਦੇ ਹਾਂ, ਗੁੱਡ ਕਰ ਰਿਹਾ। ਬਟ ਚਾਰਟ ਆਪਾਂ ਨੂੰ ਇਹ ਦੱਸ ਰਿਹਾ ਕਿ ਜੇ 173.50 ਤੋਂ ਥੱਲੇ ਡਿੱਗਦਾ ਤਾਂ ਥੋੜ੍ਹਾ ਜਿਹਾ ਐਪਲ ਦੇ ਵਿੱਚ ਸ਼ਾਰਟ ਸਾਈਡ 'ਤੇ ਜਾਂ ਸੈਲਰ ਜਿਹੜੇ ਆ ਉਹ ਸਪੀਡ ਦੇ ਨਾਲ ਆ ਸਕਦੇ, ਇਹਨੂੰ ਡਰੋਪ ਕਰ ਸਕਦੇ ਆ। ਸੋ ਐਪਲ ਨੂੰ ਜ਼ਰੂਰ 173.50 ਵਾਲਾ ਏਰੀਆ ਵਾਚ ਕਰਨਾ। ਜੇ ਆਪਾਂ ਦੇਖੀਏ ਤਾਂ ਪਿਛਲੇ 3 ਕੁ ਦਿਨਾਂ ਤੋਂ ਰੁਕਿਆ, ਉੱਤੇ ਨੇੜੇ ਤੇੜੇ ਫਿਰ ਰੁਕਿਆ। ਸੋ ਆਹ ਵਾਲਾ ਲੈਵਲ ਬਣ ਰਿਹਾ ਜੀ, ਜੇ ਤੁਸੀਂ ਦੇਖੋ ਰੁਕਿਆ ਆ ਫਿਰ ਰੁਕਿਆ ਆ। ਸੋ ਫਰਾਈਡੇ ਨੂੰ ਵੀ ਆਲਮੋਸਟ ਉਹਦੇ ਨੇੜੇ ਤੇੜੇ ਆ ਗਿਆ, ਰੁਕ ਗਿਆ। ਦੇਖਦੇ ਹਾਂ ਨਿਊ ਲੋ ਬਣਦਾ ਅਤੇ ਜਾਂ ਨਹੀਂ ਬਣਦਾ। ਸੋ ਇਹ ਆ ਜੀ ਸਾਰੇ ਸਟਾਕ ਜਿਹੜੇ ਆਪਾਂ ਨੈਕਸਟ ਵੀਕ ਦੇ ਵਿੱਚ ਦੇਖਣੇ ਆ। SEDG ਦਾ ਅਜੇ ਵੀ ਮੈਨੂੰ ਲੱਗਦਾ ਟਰੈਂਡ ਚੇਂਜ ਨਹੀਂ ਹੋਇਆ, ਸੋ ਇਹਦੇ ਟਰੈਂਡ ਚੇਂਜ ਦੀ ਮੈਂ ਵੇਟ ਕਰ ਰਿਹਾ ਜਦੋਂ ਵੀ ਕਿਤੇ ਹੁੰਦਾ। ਸੋ ਫਾਰ ਮੇਕਿੰਗ ਨਿਊ ਲੋ। ਸੋ ਥੱਲੇ ਆ ਗਿਆ ਜੀ, ਕਾਫੀ ਡਰੋਪ ਹੋ ਗਿਆ, ਤਾਂ ਹੀ ਕਰਕੇ ਮੈਂ ਕਹਿੰਦਾ ਹੁੰਦਾ ਕਿ ਇਹ ਨਹੀਂ ਕਿ ਸਟਾਕ ਥੱਲੇ ਡਿੱਗ ਗਿਆ ਤਾਂ ਉਹਨੂੰ ਬਾਏ ਕਰ ਲਓ ਜਾਂ ਉਹਦੇ ਵਿੱਚ ਇਨਵੈਸਟ ਕਰੋ। ਜਿਹੜਾ ਸਟਾਕ ਥੱਲੇ ਡਿੱਗ ਗਿਆ ਉਹ ਹੋਰ ਥੱਲੇ ਵੀ ਜਾ ਸਕਦਾ ਹੈ। ਸੋ ਲਾਸਟ 'ਤੇ RMI IPO ਰਹਿ ਜੇ ਲੱਗਾ ਸੀ ਜੀ। ਸੋ ਕੋਈ ਵੀ ਜਦੋਂ ਨਵਾਂ IPO ਆਉਂਦਾ ਜੀ, ਸੋ ਉਹਦੇ ਵਿੱਚ ਇਹ ਨਹੀਂ ਕਿ ਓਵਰ ਐਕਸਾਈਟਡ ਹੋ ਗਏ ਜਾਂ ਭੱਜ ਕੇ ਤੁਸੀਂ ਐਂਟਰ ਹੋ ਜਾਣਾ ਕਿ ਜਲਦੀ ਮੈਂ ਕਿਤੇ ਪਿੱਛੇ ਨਾ ਰਹਿ ਜਾ। ਇੱਦਾਂ ਕੋਈ ਕੰਪਨੀ ਨਹੀਂ ਹੈਗੀ ਕਿ ਜਿਹੜੀ ਚੜ੍ਹ ਗਈ ਤੇ ਬਾਅਦ 'ਚ ਥੱਲੇ ਨਹੀਂ ਡਿੱਗਣੀ, ਇੱਦਾਂ ਦਾ ਕੋਈ ਸਟਾਕ ਨਹੀਂ ਹੈਗਾ ਕਿ ਜਿਹੜਾ ਉੱਪਰ ਚਲ ਗਿਆ ਥੱਲੇ ਨਹੀਂ ਡਿੱਗਣਾ। ਓਪਰਚੁਨਿਟੀ ਮਿਲੂਗੀ ਤੁਹਾਨੂੰ। ਮੈਂ ਕੱਲ੍ਹ ਵੀ ਟਿਕਟੌਕ ਦੇ ਲਾਈਵ 'ਤੇ ਤੁਹਾਨੂੰ ਐਗਜ਼ਾਮਪਲ ਦਿੱਤੀ ਸੀ ਰਿਵੀਅਨ ਦੇ ਸਟਾਕ ਦੀ, $100 ਤੋਂ ਸ਼ੁਰੂ ਹੋਇਆ ਸੀ ਅਤੇ $180 'ਤੇ ਚਲ ਗਿਆ ਸੀ IPO ਤੋਂ ਬਾਅਦ, ਅਤੇ ਅੱਜ ਜੇ ਤੁਸੀਂ ਪ੍ਰਾਈਸ ਉਹਦਾ ਦੇਖੋ ਤਾਂ ਕਿੱਥੇ ਆ, $25 'ਤੇ ਤੁਰਿਆ ਫਿਰਦਾ। ਸੋ ਹੁਣ ਜਿੰਨੇ 100 'ਤੇ ਐਂਟਰ ਹੋ ਗਏ ਜਾਂ $180 'ਤੇ ਐਂਟਰ ਹੋ ਗਏ ਆ, ਉਹ ਬਹੁਤ ਸਟਕ ਹੋ ਗਏ। ਸੋ ਇਸ ਕਰਕੇ IPO ਦਾ ਇੱਕ ਲੌਕਅਪ ਪੀਰੀਅਡ ਹੁੰਦਾ ਆ, ਜਿਨ੍ਹਾਂ ਨੇ ਪਹਿਲਾਂ ਬਾਏ ਕੀਤੀ ਆ ਸਟਾਕ ਉਹਨਾਂ ਸੈੱਲ ਕਰਨੇ ਹੁੰਦੇ ਆ। ਸੋ 90 ਕੁ ਦਿਨ ਦਾ ਹੁੰਦਾ ਹੀ ਗਿਆ, ਸਿਫ ਆਈ ਐਮ ਨਾਟ ਰੋਂਗ, ਡਬਲ ਚੈੱਕ ਕਰ ਲਾਂਗੇ ਇੱਕ ਵਾਰੀ। ਬਟ ਉਸ ਤੋਂ ਬਾਅਦ ਸਟਾਕ ਦੇ ਡਿੱਗਣ ਦੇ ਚਾਂਸ ਆ। ਕੰਪਨੀ ਵਧੀਆ ਆ, ਲੌਂਗ ਟਰਮ ਲਈ ਐਡ ਕਰ ਸਕਦੇ ਆਪਣੇ ਪੋਰਟਫੋਲੀਓ ਦੇ ਵਿੱਚ। ਮੈਂ ਇਹੀ ਸੁਜੈਸ਼ਨ ਦਊਂਗਾ ਕਿ ਅਜੇ ਨਹੀਂ, ਵੇਟ ਕਰ ਲਓ ਲੌਕਅਪ ਪੀਰੀਅਡ ਤੋਂ ਬਾਅਦ ਜਿਹੜਾ ਆ ਸ਼ਾਇਦ ਇਹ ਸਟਾਕ ਥੱਲੇ ਡਿੱਗੇ, ਅਤੇ ਉਹੀ ਤੁਹਾਨੂੰ 50 ਤੋਂ ਥੱਲੇ ਕਿਤੇ ਨਾ ਕਿਤੇ ਮੌਕਾ ਮਿਲੂਗਾ ਇਹਦੇ ਵਿੱਚ ਐਂਟਰ ਹੋਣ ਦਾ। ਸੋ ਆਹ ਵਾਲਾ ਇਹਦਾ ਇੱਕ ਲੈਵਲ ਆ ਰਿਹਾ ਜਿਹਨੂੰ ਨੈਕਸਟ ਵੀਕ ਵਾਚ ਕਰ ਸਕਦੇ ਹਾਂ। ਜੇ ਟਰੇਡ ਕਰਨਾ ਕਿਸੇ ਨੇ ਤਾਂ ਟਰੇਡ ਮੈਂ ਕਹਿ ਰਿਹਾ, ਇਨਵੈਸਟ ਨਹੀਂ, 58 ਵਾਲਾ। ਸੋ 58 ਨੂੰ ਹੋਲਡ ਕਰਕੇ ਉੱਪਰ ਜਾਂਦਾ ਤਾਂ ਟਰੇਡ ਕਰ ਸਕਦੇ ਹਾਂ, ਬਟ ਜੇ 58 ਤੋਂ ਵੀ ਥੱਲੇ ਡਿੱਗ ਗਿਆ ਤਾਂ ਫਿਰ ਜਿਹੜੇ ਬਾਇਰਸ ਆ ਉਹ ਕਾਫੀ ਭੱਜਣਗੇ ਇਹਨੂੰ ਛੱਡ ਕੇ, ਕਿਉਂਕਿ ਫਿਰ ਉੱਥੇ 50 ਜਿੱਥੇ ਐਂਟਰ ਹੋਏ ਹੋਣਗੇ ਉਹਦੇ ਨੇੜੇ ਆ ਜਾਣਾ ਅਤੇ ਸਾਰਿਆਂ ਨੇ ਇੱਕ ਪੈਨਿਕ ਸੈਲਿੰਗ ਸ਼ੁਰੂ ਹੋ ਜਾਣੀ ਹੈ ਕਿ ਕੱਢੋ ਪ੍ਰੋਫਿਟ ਜਿਹੜਾ ਹੈਗਾ ਇਹ ਨਾ ਹੋਵੇ ਫਸਟ ਗਏ। ਸੋ ਇਸ ਕਰਕੇ ਏਰੀਆ 58 ਵਾਚ ਕਰਾਂਗੇ। ਜੇ ਤੋਂ ਵੀ ਥੱਲੇ ਡਿੱਗ ਗਿਆ ਤਾਂ ਸ਼ਾਰਟ ਵਾਲੀ ਸਾਈਡ 'ਤੇ ਹੈਗਾ ਥੋੜ੍ਹਾ ਜਿਹਾ ਕੰਮ। ਵਾਈ ਇਜ਼ ਇਟ ਫਾਰ ਫਰੋਮ ਚਾਰਟਸ? 200 ਡੇ ਵਾਲੀ ਕਹਿੰਦੇ ਜੀ ਮੂਵਿੰਗ ਐਵਰੇਜ ਜਿਹੜੀ ਆ ਉਹ ਕਿਉਂ ਦੂਰ ਆ? ਸੋ 200 ਵਾਲੀ ਮੂਵਿੰਗ ਐਵਰੇਜ ਇਹੀ ਆ ਜੀ, ਉਹ ਬਣੀ ਉੱਥੇ ਰਹੀ ਆ। ਸੋ ਜਿੱਥੇ ਉਹਨੇ ਬਣਨਾ ਉੱਥੇ ਬਣਨਾ, ਉਹਨੂੰ ਆਪਾਂ ਚੱਕ ਕੇ ਆਪ ਦੇ ਉੱਪਰ ਨਹੀਂ ਕਰ ਸਕਦੇ ਕਿਉਂਕਿ 200 ਦਿਨਾਂ ਦੀ ਮੂਵਿੰਗ ਐਵਰੇਜ ਆ। ਸੋ ਉਹ ਸਟਾਕ ਜਦੋਂ ਦੂਰ ਨਿਕਲ ਜਾਂਦਾ ਤਾਂ ਉਹਦੇ ਕਰਕੇ ਦੂਰ ਹੈਗੀ ਆ। 50 ਵਾਲੀ ਜਿਹੜੀ ਆ ਜਿੰਨੀ ਛੋਟੀ ਮੂਵਿੰਗ ਐਵਰੇਜ ਹੋਊਗੀ ਉਹਦੇ ਨੇੜੇ ਚੱਲੂਗੀ, ਜਿਹੜੀ ਜਿੰਨੀ ਵੱਡੀ ਮੂਵਿੰਗ ਐਵਰੇਜ ਹੋਊਗੀ ਉਹ ਯੂਜਲੀ ਦੂਰ ਹੀ ਚੱਲਦੀ ਆ, ਅਨਲੈਸ ਸਟਾਕ ਇੱਕ ਡਾਇਰੈਕਸ਼ਨ ਚੇਂਜ ਕਰ ਰਿਹਾ ਹੋਵੇ ਤਾਂ। AMC 'ਤੇ ਤੁਹਾਨੂੰ ਮੈਂ ਆਲਵੇਜ਼ ਕਹਿੰਦਾ ਹੁੰਦਾ ਕਿ AMC ਤੋਂ ਮੂਵ ਔਨ ਹੋ, ਸੋ ਉਹਦੇ ਨਾਲ ਨਾ ਜੁੜੋ ਇੰਨਾ ਇਮੋਸ਼ਨਲੀ। ਸੋ AMC ਨੂੰ ਛੱਡੋ ਅਤੇ ਮੂਵ ਔਨ ਹੋ ਕਿਸੇ ਹੋਰ ਸਟਾਕ ਦੇ ਵਿੱਚ, ਕੁਝ ਖਾਸ ਫਿਊਚਰ ਨਹੀਂ ਹੈਗਾ ਕੰਪਨੀ ਦਾ। ਸੋ ਇਹੀ ਮੈਂ ਕਹਿ ਸਕਦਾ ਜੀ। दोबारा दस्यो थोड़ा जिहा स्पाई ते QQ दा। स्पाई ते QQ दा जी मैं हुण जिहड़ी रिकॉर्डिंग हो जानी है 15 मिनटां तक अपलोड जिहड़ा लाइव कीता, सो मेरी रिक्वेस्ट यही होगी तो उदों माड़ा जिहा विच जाके दोबारा देख लियो जो मैं एक्सप्लेन किया आ। सो उहदे विच जो कुछ दस्सिया वो सारा तुसीं रिकॉर्डिंग दे विच तुहानूं मिल जाना आ। सो बाकी जिन्होंने लाइव ट्रेडिंग लिए सबसक्राइब किया जी, कल मिलते हैं उन्होंने लाइव तो करते हैं ट्रेड आपां। सो फुल वीक होना आ, वधिया वाहगुरू की कृपा के नाल ट्रेडिंग होवे। ते जिन्हें करना आ वो लाइव ट्रेड 10 यूज़ कर लियो, कोड डिस्क्रिप्शन दे विच लिंक हैगा आ। ते जिन्हें सबसक्राइब नहीं किया माड़ा जिहा चैनल नूं जांदे जांदे उत्ते बटन ते भी हथ मार दिओ। टेक केयर, बाय बाय, मिलते हैं जी, गुड नाइट।